ਸ਼ਕਲ ਜੀ ਦੁਬਾਰਾ ਸੌਰੀ ਪਹਿਲਾਂ ਆਪਣਾ ਕਨੈਕਸ਼ਨ ਜਿਹੜਾ ਹੈਗਾ ਆ ਤੇ ਥੋੜਾ ਜਿਹਾ ਵੀਕ ਆ ਉਹਦੇ ਕਰਕੇ ਫੋਨ ਆਪਾਂ ਜਿਹੜਾ ਲਾਈਵ ਗੱਲਬਾਤ ਕਰ ਰਹੇ ਸੀਗੇ ਡਿਸਕਨੈਕਟ ਹੋ ਗਈ ਸੀਗੀ ਸੋ ਥੋੜ੍ਹੇ ਜਿਹੇ ਜਾਣੇ ਆਪਣੇ ਨਾਲ ਜੁੜ ਜਾਣ ਅਤੇ ਮੈਂ ਫਿਰ ਹੀ ਗੱਲ ਸ਼ੁਰੂ ਕਰਾਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਜਿੱਦਾਂ ਕਹਿ ਕੇ ਹਟੀ ਹਾਂ ਕਿ ਮੈਂ ਕਿ ਜਦੋਂ ਕੋਈ ਜ਼ਰੂਰੀ ਹੁੰਦੀ ਆ ਗੱਲ ਤਾਂ ਆਪਾਂ ਉਦੋਂ ਹੀ ਬੋਲਦੇ ਹਾਂ ਕਿਉਂਕਿ ਇੰਨਾ ਨਾ ਮੈਨੂੰ ਬਾਲਾ ਮੂਰੇ ਮੂਰੇ ਹੋ ਕੇ ਸਿਆਣੇ ਬਣਨ ਦਾ ਵੀ ਐਡਾ ਕੋਈ ਸ਼ੌਂਕ ਨਹੀਂ ਹੈਗਾ ਕਿ ਮੈਂ ਕਹਾਂ ਕਿ ਹਾਂਜੀ ਮੈਂ ਹੀ ਸਾਰੀ ਦੁਨੀਆ ਦਾ ਗਿਆਨ ਚੱਕੀ ਕਰਦੀ ਹਾਂ ਅਤੇ ਪਰ ਕੁਛ ਕੁ ਗੱਲਾਂ ਜਿਹੜੀਆਂ ਬੋਲਣ ਵਾਲੀਆਂ ਹੁੰਦੀਆਂ ਆ ਅਤੇ ਉਹ ਆਪਾਂ ਨੂੰ ਬੋਲਣਾ ਵੀ ਚਾਹੀਦਾ ਆ ਉਹਨਾਂ ਦੇ ਬਾਰੇ 'ਚ ਹੈ ਨਾ ਜਿੱਦਾਂ ਥੋੜ੍ਹੇ ਦਿਨ ਪਹਿਲਾਂ ਮੈਂ ਲਾਡੀ ਵੀਰ ਦੇ ਬਾਰੇ 'ਚ ਗੱਲਬਾਤ ਕੀਤੀ ਸੀਗੀ ਅਤੇ ਉਹ ਸਾਰੀਆਂ ਕੋਈ ਗੱਲਾਂ ਮਤਲਬ ਜੋ ਮੈਨੂੰ ਅੰਦਰੋਂ ਮਹਿਸੂਸ ਹੋਇਆ ਉਹ ਗੱਲਾਂ ਮੈਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਹੈ ਨਾ ਅਤੇ ਤੁਹਾਡੇ ਵੱਲੋਂ ਉਸ ਚੀਜ਼ ਨੂੰ ਚੰਗਾ ਵੀ ਕਿਹਾ ਗਿਆ ਚਲੋ ਕਿਉਂਕਿ ਸਾਡੇ ਨਾਲੋਂ ਮੇਰੇ ਨਾਲੋਂ ਵੱਧ ਕੇ ਤੁਸੀਂ ਸਿਆਣੇ ਹੋ ਸਾਰੇ ਜਾਣੇ ਤੁਹਾਨੂੰ ਪਤਾ ਆ ਕਿਹੜੀ ਗੱਲ ਚੰਗੀ ਆ ਕਿਹੜੀ ਗੱਲ ਮਾੜੀ ਹੈਗੀ ਆ ਕਿਉਂਕਿ ਕੋਈ ਵੀ ਕੋਈ ਗੱਲ ਕਹਿ ਦਿੱਤੀ ਕੋਈ ਗੀਤ ਗਾ ਦਿੱਤਾ ਕੋਈ ਕੁਛ ਵੀ ਆ ਹੈ ਨਾ ਉਹ ਤੁਹਾਡੇ ਤੋਂ ਹੀ ਪਾਸ ਹੋ ਕੇ ਅੱਗੇ ਆਉਣਾ ਆ ਅਤੇ ਤੁਸੀਂ ਹੀ ਉਸ ਚੀਜ਼ ਨੂੰ ਪਾਸ ਕਰਨਾ ਆ ਕਿ ਉਹ ਚੀਜ਼ ਚੰਗੀ ਆ ਜਾਂ ਉਹ ਚੀਜ਼ ਮਾੜੀ ਹੈਗੀ ਆ ਹੈ ਨਾ ਸੋ ਅੱਜ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਜਿੱਦਾਂ ਥੋੜ੍ਹੇ ਦਿਨਾਂ ਦਾ ਮੁੱਦਾ ਜਿਹੜਾ ਆ ਭੱਖਿਆ ਹੋਇਆ ਆ ਹੈ ਨਾ ਦੋ ਚਾਰ ਦਿਨਾਂ ਦਾ ਹੀ ਸਿੱਧੂ ਮੂਸੇਵਾਲਾ ਵੀਰ ਅਤੇ ਸਵਰਨ ਸਿੰਘ ਟਹਿਣਾ ਜੀ ਦਾ ਹੈ ਨਾ ਅਤੇ ਉਹਦੇ ਬਾਰੇ 'ਚ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਹੈ ਨਾ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਕੇ ਹੱਟੀ ਹਾਂ ਕਿ ਐਡੀ ਮੈਂ ਕੋਈ ਸਿਆਣੀ ਜਾਂ ਕੋਈ ਬਾਹਲਾ ਗਿਆਨ ਚੱਕ ਕੇ ਤੁਰੇ ਫਿਰਨ ਵਾਲਿਆਂ 'ਚੋਂ ਮੈਂ ਨਹੀਂ ਹੈਗੀ ਹੈ ਨਾ ਪਰ ਜਿਹੜੀ ਗੱਲ ਆਪਾਂ ਨੂੰ ਬੁਰੀ ਲੱਗਦੀ ਆ ਅਤੇ ਆਪਾਂ ਨੂੰ ਉਹਦੇ ਬਾਰੇ 'ਚ ਡਿਸਕਸ ਕਰਨੀ ਚਾਹੀਦੀ ਆ ਹੈ ਨਾ ਅਤੇ ਤੁਹਾਡੇ ਸਾਰਿਆਂ ਦੇ ਨਾਲ ਹੀ ਗੱਲਬਾਤ ਮੈਂ ਤਾਂ ਮੋਸਟਲੀ ਕਰਦੀ ਹੁੰਦੀ ਹਾਂ ਹੈ ਨਾ ਕਿ ਆਹ ਗੱਲ ਇੱਦਾਂ ਹੋ ਗਈ ਆ ਇਹ ਗੱਲ ਐਂ ਹੋ ਗਈ ਆ ਹੈ ਨਾ ਸੋ ਗੱਲ ਇਹ ਹੈਗੀ ਹੈ ਕਿ ਠੀਕ ਹੈ ਸਿੱਧੂ ਵੀਰੇ ਦੇ ਗਾਣੇ ਬਹੁਤ ਸੋਹਣੇ ਚੱਲ ਰਹੇ ਨੇ ਅਤੇ ਵਾਹਿਗੁਰੂ ਨੇ ਉਹਨਾਂ ਨੂੰ ਛੋਟੀ ਉਮਰੇ ਬਹੁਤ ਵੱਡਾ ਨਾਮ ਵੀ ਦਿੱਤਾ ਹੋਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਹੈ ਨਾ ਜਾਂ ਮੇਰੇ ਦੱਸਣ ਦੀ ਕੋਈ ਐਡੀ ਬਾਹਲੀ ਵੱਡੀ ਗੱਲ ਨਹੀਂ ਹੈਗੀ ਹੈ ਨਾ ਪਰ ਦੂਸਰੇ ਨੰਬਰ 'ਤੇ ਜੇ ਆਪਾਂ ਆਈਏ ਸਵਰਨ ਸਿੰਘ ਟਹਿਣਾ ਜੀ ਦੇ ਬਾਰੇ 'ਚ ਮੈਂ ਕੁਛ ਬੋਲਾਂ ਤਾਂ ਮੈਂ ਉਹਨਾਂ ਨੂੰ ਕਦੀ ਪਰਸਨਲੀ ਨਹੀਂ ਮਿਲੀ ਹੈਗੀ ਕਿ ਕਦੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੋਵੇ ਹੈ ਨਾ ਹਾਂ ਉਹਨਾਂ ਦੇ ਪ੍ਰੋਗਰਾਮ ਜਿਹੜੇ ਮੈਂ ਹਰ ਇੱਕ ਪ੍ਰੋਗਰਾਮ ਦੇਖਦੀ ਹਾਂ ਹਰ ਇੱਕ ਨਹੀਂ ਚਲੋ ਆਪਾਂ ਕਹਿ ਸਕਦੇ ਮਤਲਬ ਜਿਹੜਾ ਵੀ ਕੋਈ ਵਧੀਆ ਲੱਗਦਾ ਆ ਤਾਂ ਜਦੋਂ ਵੀ ਟਾਈਮ ਹੁੰਦਾ ਆ ਤਾਂ ਆਪਾਂ ਉਹ ਦੇਖਦੇ ਹਾਂ ਹੈ ਨਾ ਅਤੇ ਮੇਰੇ ਵਰਗੇ ਪਤਾ ਨਹੀਂ ਹੋਰ ਕਿੰਨੇ ਕੁ ਜਾਣੇ ਦੇਖਦੇ ਹੋਣਗੇ ਅਤੇ ਤੁਹਾਡੇ ਵਿੱਚੋਂ ਪਤਾ ਨਹੀਂ ਕਿੰਨੇ ਕੁ ਜਾਣੇ ਉਹਨਾਂ ਦੇ ਪ੍ਰੋਗਰਾਮ ਸੁਣਦੇ ਹੋਣਗੇ ਦੇਖਦੇ ਹੋਣਗੇ ਅਤੇ ਉਹਨਾਂ ਦੀ ਜਿਹੜੀ ਮੇਨ ਗੱਲ ਹੈਗੀ ਆ ਉਹ ਮਤਲਬ ਇੱਕ ਨਿਧੜਕ ਰਿਪੋਰਟਰ ਨੇ ਹੈ ਨਾ ਨਿਧੜਕ ਪੱਤਰਕਾਰ ਨੇ ਪਿੱਛੇ ਜੇ ਦਿੱਲੀ ਵੀ ਗਏ ਸੀਗੇ ਉਹ ਕਿਸਾਨਾਂ ਦੇ ਕੋਲ ਵੀ ਗਏ ਸੀਗੇ ਉਹ ਕਿਉਂਕਿ ਚਲੋ ਉਹਨਾਂ ਦੀ ਵੀ ਬਿਜ਼ੀ ਲਾਈਫ ਆ ਉਹਨਾਂ ਨੂੰ ਵੀ ਸਾਰਾ ਕੁਛ ਆਪਣਾ ਦੇਖਣਾ ਪੈਂਦਾ ਆ ਹੈ ਨਾ ਅਤੇ ਉੱਥੇ ਵੀ ਮੈਂ ਉਹ ਵਾਲੀ ਉਹਨਾਂ ਦੀ ਵੀਡੀਓ ਵੀ ਦੇਖੀ ਸੀਗੀ ਤਾਂ ਬਹੁਤ ਸੋਹਣਾ ਉਹਨਾਂ ਨੇ ਬੋਲਿਆ ਉਸ ਚੀਜ਼ ਦੇ ਬਾਰੇ ਕਿਉਂਕਿ ਇੱਕ ਚੀਜ਼ ਨੂੰ ਆਪਾਂ ਇਹ ਕਹਿਣਾ ਕਿ ਹਾਂਜੀ ਇਹ ਗੱਲ ਤਾਂ ਆਪਾਂ ਬਾਅਦ ਵਿੱਚ ਉਹ ਬਸ ਕਮਰੇ 'ਚ ਬਹਿ ਕੇ ਕਹਿਣ ਵਾਲੀ ਗੱਲ ਹੈ ਨਾ ਕਿ ਹਾਂਜੀ ਅੱਛਾ ਉਹ ਫਲਾਨੀ ਥਾਂ 'ਤੇ ਗਲਤ ਹੋ ਗਿਆ ਕਿਸਾਨਾਂ ਨੂੰ ਧੱਕਾ ਹੋ ਗਿਆ ਗਲਤ ਹੋ ਗਿਆ ਇੱਕ ਹੁੰਦਾ ਆ ਕਿ ਮੂਹਰੇ ਆ ਕੇ ਗੱਜਣਾ ਮੂਹਰੇ ਆ ਕੇ ਬੋਲਣਾ ਹੈ ਨਾ ਜਿੱਦਾਂ ਹੁਣ ਕਿਸਾਨਾਂ ਦੇ ਮਾਮਲੇ 'ਚ ਜਸ ਬਾਜਵੇ ਵੀਰ ਹੋਣੀ ਹੈ ਨਾ ਅਤੇ ਰਣਜੀਤ ਬਾਵਾ ਵੀਰ ਹੋਰ ਸਾਰੇ ਕਾਫੀ ਜਾਣੇ ਜਿਹੜੇ ਬਹੁਤ ਅੱਗੇ ਹੋ ਕੇ ਮਤਲਬ ਵੱਧ ਚੜ੍ਹ ਕੇ ਬੋਲ ਵੀ ਰਹੇ ਨੇ ਹੈ ਨਾ ਜਿੰਨਾ ਚਲੋ ਯੋਗਦਾਨ ਕੋਈ ਵੀ ਪਾ ਸਕਦਾ ਹੈਗਾ ਆ ਉਹ ਪਾ ਰਿਹਾ ਆ ਅਤੇ ਹੁਣ ਆਪਾਂ ਗੱਲ ਕਰਾਂਗੇ ਕਿ ਟਹਿਣਾ ਭਾਅ ਜੀ ਦੇ ਬਾਰੇ 'ਚ ਹੈ ਨਾ ਬਹੁਤ ਵਧੀਆ ਪੱਤਰਕਾਰ ਨੇ ਉਹ ਅਤੇ ਉਹਨਾਂ ਨੂੰ ਮਾੜਾ ਕਹਿਣਾ ਮੈਨੂੰ ਨਹੀਂ ਲੱਗਦਾ ਵੀ ਕੋਈ ਸਿਆਣੀ ਗੱਲ ਹੈਗੀ ਆਪਣੇ ਵਾਸਤੇ ਕਿਉਂਕਿ ਚਲੋ ਉਹ ਮੈਂ ਇਹ ਕਹਿੰਦੀ ਹਾਂ ਸਿੱਧੂ ਵੀਰ ਦੇ ਪਿਓਵਾਂ ਵਰਗੇ ਤਾਂ ਨਹੀਂ ਪਰ ਵੱਡੇ ਭਰਾਵਾਂ ਵਰਗੇ ਹੈਗੇ ਨੇ ਅਤੇ ਆਪਾਂ ਆਪਣੇ ਘਰਦਿਆਂ ਦੀ ਆਪਣੇ ਭਰਾਵਾਂ ਜੇ ਕਿਤੇ ਚਲੋ ਮਾੜੀ ਮੋਟੀ ਉੱਨੀ ਇੱਕੀ ਹੋ ਵੀ ਗਈ ਆ ਕਿਉਂਕਿ ਚੱਲਦਾ ਹੀ ਰਹਿੰਦਾ ਹੈ ਇੰਨਾ ਕੁ ਤਾਂ ਹੈ ਨਾ ਕਿਉਂਕਿ ਹੋਰ ਕਿਸੇ ਨੂੰ ਤੁਸੀਂ ਕਹਿ ਦਿੱਤਾ ਉਹਦੇ 'ਚ ਕੋਈ ਵੱਡੀ ਗੱਲ ਨਹੀਂ ਹੈਗੀ ਹੈ ਨਾ ਕਿਉਂਕਿ ਸਾਰੇ ਯੰਗ ਨੇ ਮੁੰਡੇ ਕੁੜੀਆਂ ਜਾਂ ਮਤਲਬ ਕਿਸੇ ਤੁਹਾਨੂੰ ਸਿੰਗਰ ਮੁੰਡੇ ਨੇ ਕੁਛ ਕਹਿਤਾ ਤੁਸੀਂ ਉਹਨੂੰ ਕਹਿ ਦਿੱਤਾ ਕਿ ਹਾਂਜੀ ਇਹ ਕੰਟਰੋਵਰਸੀਆਂ ਚੱਲਦੀਆਂ ਹੀ ਆਈਆਂ ਅਤੇ ਚੱਲਦੀਆਂ ਹੀ ਰਹਿਣੀਆਂ ਆ ਹੈ ਨਾ ਪਰ ਆਪਾਂ ਕਿਸੇ ਇੱਕ ਵਧੀਆ ਇਨਸਾਨ ਨੂੰ ਮਾੜਾ ਕਹਿਣਾ ਹੈ ਨਾ ਇਹ ਗੱਲ ਮੈਨੂੰ ਕੋਈ ਬਾਹਲੀ ਉਹਨਾਂ ਦੀ ਸਿਆਣੀ ਨਹੀਂ ਲੱਗੀ ਹੈਗੀ ਖੈਰ ਮੈਂ ਵੀ ਉਹਨਾਂ ਦੇ ਗਾਣੇ ਬਹੁਤ ਸੁਣਦੀ ਹਾਂ ਵੀਡੀਓਜ਼ ਵੀ ਬਣਾਉਂਦੀ ਹਾਂ ਰੀਲਸ 'ਤੇ ਜਾਂ ਹੋਰ ਵੀ ਚਲੋ ਜੇ ਕੋਈ ਵਧੀਆ ਲੱਗਦਾ ਹੈਗਾ ਤਾਂ ਵਧੀਆ ਨੇ ਵਧੀਆ ਗਾਣੇ ਨੇ ਉਹਨਾਂ ਦੇ ਸਾਰੇ ਪਰ ਆਪਾਂ ਕਿਸੇ ਵਧੀਆ ਇਨਸਾਨ ਨੂੰ ਜੇ ਆਪਾਂ ਚੰਗਾ ਨਹੀਂ ਕਹਿ ਸਕਦੇ ਤਾਂ ਆਪਾਂ ਨੂੰ ਮੇਰੇ ਖਿਆਲ ਨਾਲ ਤਾਂ ਮਾੜਾ ਵੀ ਨਹੀਂ ਕਹਿਣਾ ਚਾਹੀਦਾ ਹੁਣ ਬੜੇ ਜਾਣੇ ਮੈਨੂੰ ਸ਼ਾਇਦ ਕਿਉਂਕਿ ਗਾਲਾਂ ਗੁਲਾਂ ਕੱਢਣ ਲੱਗੇ ਵੀ ਲੋਕ ਮੈਂਟੀ ਲਾਉਂਦੇ ਆ ਹੈ ਨਾ ਕੱਢ ਦਿਓ ਬੇਸ਼ੱਕ ਦੀ ਕੋਈ ਚੱਕਰ ਨਹੀਂ ਹੈਗਾ ਪਰ
एक बारी सोचो जरूर ते जेड़े किसे नू स्वर्ण सिंह टैणा जी बारे नहीं पता जेड़ा बंदा ऐ सोचूगा कि हाँ जी पता नहीं की गल होगी ते एक बारी उन्हां दी प्रोफाइल ते जाके जरूर देखियो है ना फिर तुहानू पता चलेगा कि फर्क की हैगा आ है ना सो आपां नू हर एक चीज़ जिवें ओह गल हुंदी आ वी एक घर तां डैण वी छड्ड दिंदी हुंदी आ है ना इह नहीं कि आपां जणे खणे नाल ही पंगे लैणे हुंदे आ ते फिर ही सारा कुछ हुंदा आ है ना कि आपां इह कह दित्ता कि मैं आपां लड़ाई दी गल आ गई कि मैं गली च ओह मुंडे नाल वी लड़ पिया मैं महान बन गया मैं महल्ले च ओह मुंडे नाल वी लड़ पिया मैं महान बन गया उस तों बाद दे विच बंदा की हुंदा जदों आपदे घरे लड़ाई हुंदी तां आपदे प्यो दी दाड़ी नू पैंदा आ ठीक आ ते ओह गिज्जिया गिज्जिया फिर है ना घरे भी लड़दा आ ते इहदे विच मैनूं तां लगदा नहीं वी कोई सियाणप वड्डी हुंदी हैगी आ है ना कि चलो ठीक आ बाहर तुसीं लड़ाइयां झगड़े करदे आ जां होरां लई तुसीं कुछ भी बोली जाओ ओह कोई डजन मैटर उहदे नाल कोई बाला फर्क नहीं पैंदा हैगा है ना पर बंदा क बंदा देख के आपां नूं बोलना चाहिए तुहाडी की राय हैगी आ इहदे बारे दे विच है ना ते सारिआं नूं सपोर्ट भी करना चाहीदा आ कि ठीक है जिहड़ी चंगी गल आ माड़ी गल आ मैं पहला भी कह के हटी हाँ तुहाडे थ्रू ही तुहाडे तो पास होके ही हर एक गल आउणी आ चाहे कोई गाणा आ चाहे कोई मूवी आ चाहे कुछ भी हैगा आ है ना ते चाहे कोई इदां दीआं गल्लां हैगीआं आ है ना उह भी तुसीं ही पास करनीआं आ सो मेरे ख्याल नाल आपां नूं उहनां दी सपोर्ट दे विच बोलना चाहीदा आ है ना साडे भाईचारे नूं भी सिंगर भाईचारे नूं भी क्योंकि स्वर सिंह टैणा जी दी इक बड़ी वधिया गल आ कि उह जिहड़ी भी गल हुंदी आ मूँह ते करदे ने ਇਹ ਨਹੀਂ ਕਿ ਵਿੱਚ ਵਿੱਚ ਜੇ ਕਰੀ ਗਏ ਠੀਕ ਹੈ ਜੀ ਹੈ ਨਾ ਅਤੇ ਉਹਨਾਂ ਦੀ ਇਹੀ ਮੇਨ ਜਿਹੜੀ ਗੱਲ ਆ ਅਤੇ ਮੇਰੇ ਖਿਆਲ ਨਾਲ ਕਈਆਂ ਨੂੰ ਰੜਕਦੀ ਵੀ ਹੋਣੀ ਆ ਚੁੱਭਦੀ ਵੀ ਹੋਣੀ ਆ ਅਤੇ ਸਲਾਮ ਆ ਉਹਨਾਂ ਦੇ ਇਸ ਜਜ਼ਬੇ ਨੂੰ ਮੇਰੇ ਵੱਲੋਂ ਵਰਿੰਦਰ ਬਹੁਤ ਵਧੀਆ ਇਨਸਾਨ ਨੇ ਬਿਲਕੁਲ ਜੀ ਬਿਲਕੁਲ ਮੈਂ ਪਹਿਲਾਂ ਵੀ ਕਹਿ ਕੇ ਹਟੀ ਹਾਂ ਮਨਜਿੰਦਰ ਧਨੋਆ ਹਰ ਇੱਕ ਨੂੰ ਫੇਮ ਨਹੀਂ ਦਿੰਦਾ ਸਿੱਧੂ ਵੀਰੇ ਮਨਜਿੰਦਰ ਵੀਰੇ ਫੇਮ ਚਾਹੀਦਾ ਵੀ ਨਹੀਂ ਹੈਗਾ ਕਿਸੇ ਨੂੰ ਮੈਨੂੰ ਮੈਂ ਪਹਿਲਾਂ ਹੀ ਕਹਿ ਕੇ ਹਟੀ ਹਾਂ ਹੈ ਨਾ ਵੀ ਕਿਸੇ ਨੂੰ ਫੇਮ ਨਹੀਂ ਚਾਹੀਦਾ ਹੈਗਾ ਹਰ ਇੱਕ ਬੰਦਾ ਆਪਦੇ ਘਰ ਵਧੀਆ ਰੋਟੀ ਪਾਣੀ ਖਾ ਰਿਹਾ ਹੈਗਾ ਆ ਅਤੇ ਨਾ ਹੀ ਇਹ ਕੋਈ ਫੇਮ ਲੈਣ ਬਾਰੇ ਜਾਂ ਨਾ ਫੇਮ ਲੈਣ ਬਾਰੇ 'ਚ ਗੱਲ ਹੋ ਰਹੀ ਆ ਮੈਂ ਸਿਰਫ ਅਤੇ ਸਿਰਫ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਕੇ ਹਟੀ ਹਾਂ ਕਿ ਗਾਲਾਂ ਕੱਢਣ ਵਾਲੇ ਵੀ ਹੁਣੇ ਹੀ ਆ ਜਾਣੇ ਨੇ ਇੱਥੇ ਠੀਕ ਆ ਹੈ ਨਾ ਪਰ ਮਤਲਬ ਤੁਸੀਂ ਇੱਕ ਵਾਰੀ ਜਿਹੜੀ ਗੱਲ ਉਹ ਕਹਿ ਰਹੇ ਨੇ ਉੱਧਰ ਟੈਣਾ ਸਾਹਿਬ ਦੀ ਪ੍ਰੋਫਾਈਲ 'ਤੇ ਇੱਕ ਵਾਰੀ ਜਾ ਕੇ ਦੇਖੋ ਤਾਂ ਫਿਰ ਬੈਠ ਕੇ ਸੋਚ ਵਿਚਾਰ ਕੇ ਬੇਸ਼ੱਕ ਦੀ ਗਾਲਾਂ ਕੱਢ ਦਿਓ ਮੈਨੂੰ ਕੋਈ ਮਸਲਾ ਨਹੀਂ ਹੈਗਾ ਇਸ ਗੱਲ ਦਾ ਹੈ ਨਾ ਪਰ ਤੁਸੀਂ ਵੀ ਸੋਚਿਓ ਤੁਸੀਂ ਵੀ ਸਿਆਣੇ ਹੋ ਕਿਉਂਕਿ ਤੁਹਾਡੇ ਸਿਰ 'ਤੇ ਜਿਹੜਾ ਆਉਣ ਵਾਲਾ ਟਾਈਮ ਹੈਗਾ ਆ ਹੈ ਨਾ ਫਿਊਚਰ ਜਿਹੜਾ ਆ ਉਹ ਤੁਹਾਡੇ ਸਿਰ 'ਤੇ ਆ ਅਤੇ ਚਲੋ ਗਾਣੇ ਬਥੇਰੇ ਸਿੰਗਰਾਂ ਦੇ ਆਏ ਨੇ ਬਥੇਰਿਆਂ ਦੇ ਹਾਲੇ ਆਉਣੇ ਵੀ ਨੇ ਹੈ ਨਾ ਪਤਾ ਨਹੀਂ ਕਿੰਨੇ ਕੁ ਰੈਡੀ ਬੈਠੇ ਨੇ ਆਉਣ ਵਾਸਤੇ ਹੈ ਨਾ ਪਰ ਜਿਹੜੀ ਗੱਲ ਗਲਤ ਹੈਗੀ ਆ ਉਹ ਗਲਤ ਹੀ ਆ ਮੈਂ ਉਹ ਗੱਲ ਕਰ ਰਹੀ ਹਾਂ ਮੈਨੂੰ ਕੋਈ ਫੇਮ ਫੂਮ ਨਹੀਂ ਚਾਹੀਦਾ ਹੈਗਾ ਰਾਜਨ ਖੱਤਰੀ ਗਲਤ ਨੂੰ ਗਲਤ ਕਹਿਣਾ ਬਹੁਤ ਵੱਡੀ ਗੱਲ ਆ ਬਿਲਕੁਲ ਜੀ ਬਿਲਕੁਲ ਮੈਂ ਇਹੀ ਗੱਲ ਕਹਿ ਰਹੀ ਹਾਂ ਕਿ ਗਲਤ ਨੂੰ ਗਲਤ ਹੀ ਕਹਿਣਾ ਚਾਹੀਦਾ ਆ ਅਤੇ ਕੋਈ ਫੇਮ ਫੂਮ ਵਾਲਾ ਐਡਾ ਵੱਡਾ ਚੱਕਰ ਨਹੀਂ ਹੈਗਾ ਵੀਰੇ ਠੀਕ ਆ ਵਾਹਿਗੁਰੂ ਰੋਟੀ ਦੇਈ ਜਾਂਦਾ ਆ ਹੈ ਨਾ ਕੋਈ ਇੰਨੀ ਬਾਹਲੀ ਵੱਡੀ ਗੱਲ ਨਹੀਂ ਹੈਗੀ ਕਿ ਆਪਾਂ ਫੇਮ ਦੇ ਸਿਰੋਂ ਰੋਟੀਆਂ ਖਾਣੀਆਂ ਆ ਅਤੇ ਛੋਟਾ ਜਿਹਾ ਪਰਿਵਾਰ ਆਪਣਾ ਹੈ ਨਾ ਅਤੇ ਵਧੀਆ ਕਾਰੋਬਾਰ ਚੱਲ ਰਿਹਾ ਕੰਮ ਕਾਰ ਠੀਕ ਆ ਪਰਮਾਤਮਾ ਦੀ ਮਿਹਰ ਦੇ ਨਾਲ ਕੋਈ ਐਡਾ ਚੱਕਰ ਨਹੀਂ ਹੈਗਾ ਬਸ ਮੈਂ ਤਾਂ ਉਹ ਗੱਲ ਕਰ ਰਹੀ ਸੀਗੀ ਕਿ ਤੁਸੀਂ ਵੀ ਥੋੜ੍ਹਾ ਜਿਹਾ ਸੋਚੋ ਉਸ ਗੱਲ ਦੇ ਬਾਰੇ ਦੇ ਵਿੱਚ ਹੈ ਨਾ ਕਿਉਂਕਿ ਇੱਕ ਵਧੀਆ ਇਨਸਾਨ ਨੂੰ ਜੇ ਆਪਾਂ ਅੱਜ ਮਾੜਾ ਕਹਿੰਦੇ ਹਾਂ ਪਰ ਕੌਣ ਮਾੜਾ ਆ ਕੌਣ ਚੰਗਾ ਆ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈਗਾ ਆ ਹੈ ਨਾ ਪਰ ਆਪਾਂ ਮਾੜੀ ਜਿਹੀ ਗੱਲ ਪਿੱਛੇ ਗੱਲ ਨੂੰ ਵਧਾਉਣਾ ਕਾਹਦੇ ਲਈ ਹੈਗਾ ਆ ਹੈ ਨਾ ਅਤੇ ਸੁਖੀ ਸੇਖੋ ਠੀਕ ਆ ਵੀਰੇ ਤੁਸੀਂ ਵੀ ਜ਼ਿੰਦਾਬਾਦ ਹੀ ਹੋ ਮੈਂ ਤਾਂ ਪਹਿਲਾਂ ਹੀ ਕਹਿ ਕੇ ਹਟੀ ਹਾਂ ਕਿ ਪਰ ਹੁਣ ਗੱਲ ਇਹ ਹੈਗੀ ਹੈ ਨਾ ਸਾਰਿਆਂ ਨੇ ਗੱਲ ਨੂੰ ਦੂਜੇ ਪਾਸੇ ਹੀ ਲੈ ਜਾਣਾ ਆ ਸਾਰਿਆਂ ਨੇ ਦੂਸਰੇ ਪਾਸੇ ਹੀ ਗੱਲ ਨੂੰ ਲੈ ਜਾਣਾ ਹੈਗਾ ਆ ਸੋ ਮੇਰੇ ਵੱਲੋਂ ਤਾਂ ਇਹੀ ਮੈਨੂੰ ਲੱਗਿਆ ਫਿਰ ਡਿਸਕਨੈਕਟ ਹੋ ਗਿਆ ਸੀਗਾ ਅਤੇ ਥੋੜ੍ਹੀ ਜਿਹੀ ਅੱਜ ਨੈਟਵਰਕ ਦੀ ਪ੍ਰੋਬਲਮ ਹੈਗੀ ਆ ਹੈ ਨਾ ਅਤੇ ਮੈਂ ਉਹ ਗੱਲ ਕਰਦੀ ਸੀਗੀ ਵੀ ਕੋਈ ਥੈਂਕ ਯੂ ਜੀ ਗੁਰਵਿੰਦਰ ਫਾਰਮਰ ਭੁੱਲਰ ਟੈਣਾ ਸਾਹਿਬ ਵਧੀਆ ਬੰਦਾ ਹੈ ਜੀ ਬਿਲਕੁਲ ਮੈਂ ਤਾਂ ਅੱਗੇ ਕਹਿ ਰਹੀ ਹੈਗੀ ਹਾਂ ਕਿ ਵਧੀਆ ਇਨਸਾਨ ਨੇ ਦੋਨੋਂ ਦਾ ਵਧੀਆ ਵਾ ਕਿਉਂਕਿ ਉਹਨਾਂ ਦਾ ਵੀ ਦੋਨੇ ਵਧੀਆ ਨੇ ਇਸ ਟਾਈਮ ਉਹਨਾਂ ਨੂੰ ਵੀ ਬੜੇ ਲੋਕ ਸੁਣਦੇ ਨੇ ਬੜੇ ਉਹਨਾਂ ਦੇ ਪ੍ਰੋਗਰਾਮ ਦੇਖਦੇ ਨੇ ਹੈ ਨਾ ਅਤੇ ਦੋਨਾਂ ਦਾ ਹੀ ਵਧੀਆ ਹੈਗਾ ਆ ਸੋ ਆਪਾਂ ਐਵੇਂ ਕਿਸੇ ਨੂੰ ਮਾੜਾ ਕਿਉਂ ਕਹਿਣਾ ਹੈਗਾ ਆ ਠੀਕ ਆ ਹੈ ਨਾ ਅੱਜ ਦਾ
ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਤੋਂ ਲੈ ਕੇ ਨਹੀਂ ਖਾਂਦਾ ਤੇ ਕੋਈ ਕਿਸੇ ਨੂੰ ਜੇ ਕਿਸੇ ਕੋਲੇ ਜ਼ਿਆਦਾ ਆ ਤਾਂ ਉਹ ਉਹਦੇ ਤੋਂ ਕਿਸੇ ਨੂੰ ਵੰਡਦਾ ਨਹੀਂ ਫਿਰਦਾ ਤੇ ਜੇ ਕਿਸੇ ਕੋਲੇ ਮੇਰੇ ਵਰਗੇ ਕੋਲੇ ਹੈ ਨਹੀਂਗਾ ਤੇ ਉਹ ਕਿਸੇ ਤੋਂ ਮੰਗਦਾ ਨਹੀਂ ਫਿਰਦਾ ਹਨਾ ਬਸ ਗੱਲ ਇਹ ਹੈਗੀ ਗੱਲ ਤਾਂ ਸਤਿਕਾਰ ਦੀ ਆ ਕਿ ਅਸੀਂ ਕਿਹਨੂੰ ਕਿੰਨਾ ਸਤਿਕਾਰ ਦੇ ਰਹੇ ਹੈਗੇ ਆ ਹਨਾ ਗੱਲ ਤਾਂ ਸਿਰਫ ਇੰਨੀ ਕਿ ਇੱਥੇ ਕਿ ਜੇ ਆ ਕੇ ਮੁੱਕਦੀ ਹੈਗੀ ਆ ਤੇ ਬਾਕੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟੀ ਆ ਕਿ ਮੈਂ ਬਾਹਲੀ ਕੋਈ ਸਿਆਣੀ ਜਾਂ ਮੇਰੇ ਕੋਲੇ ਬਾਹਲਾ ਗਿਆਨ ਨਹੀਂ ਚੱਕੀ ਫਿਰਦੀ ਹੈਗੀ ਮੈਂ ਬਸ ਇੰਨਾ ਹੀ ਮੈਂ ਕਹਿਣਾ ਸੀਗਾ ਕਿ ਇੱਕ ਵਾਰੀ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਆ ਹਨਾ ਤੇ ਉਹਦੇ ਕਰਕੇ ਵੀ ਆਪਾਂ ਨੂੰ ਚਾਹੇ ਮੈਂ ਵੀ ਆ ਚਾਹੇ ਕੋਈ ਵੀ ਹੈਗਾ ਆ ਗਲਤੀਆਂ ਤਾਂ ਚਲੋ ਵੱਡਿਆਂ ਵੱਡਿਆਂ ਤੋਂ ਵੀ ਹੋ ਜਾਂਦੀਆਂ ਹੈਗੀਆਂ ਕਿਉਂਕਿ ਕੋਈ ਵੀ ਇੰਨਾ ਸਿਆਣਾ ਨਹੀਂ ਹੈਗਾਗਾ ਜਾਂ ਆਪਾਂ ਢਿੱਡ 'ਚੋਂ ਐਡੇ ਸਿਆਣੇ ਬਣ ਕੇ ਨਹੀਂ ਜੰਮਦੇ ਹੈਗੇ ਕਿ ਇਹ ਦੁਨੀਆਦਾਰੀ ਨੂੰ ਦੇਖ ਕੇ ਹੀ ਬੰਦਾ ਸਿੱਖਦਾ ਆ ਸਾਰਾ ਕੁਛ ਹਨਾ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਆ ਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਤਾਂ ਆਪਾਂ ਦੁਨੀਆ ਨੂੰ ਦੇਖ ਦੇਖ ਕੇ ਸਿੱਖਦੇ ਹਾਂ ਹਨਾ ਤੇ ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਜਣੇ ਖਣੇ ਦੇ ਉੱਤੇ ਫੜ ਕੇ ਚਾਰ ਲਫੇੜੇ ਲਾਤੇ ਤੇ ਆਪਾਂ ਮਹਾਨ ਬਣ ਗਏ ਹਨਾ ਰਾਜੂ ਸਰਪੰਚ ਮੈਡਮ ਜੀ ਸਤਿ ਸ਼੍ਰੀ ਅਕਾਲ ਗੱਲ ਇੱਦਾਂ ਹੈ ਜੀ ਆਪਾਂ ਸਾਰੇ ਫੇਸਬੁੱਕ 'ਤੇ ਕਹਿ ਸਕਦੇ ਹਾਂ ਲੋਕ ਸਮਝਾਉਂਦੇ ਘੱਟ ਆ ਗੱਲ ਨੂੰ ਉਛਾਲਦੇ ਜ਼ਿਆਦਾ ਬਿਲਕੁਲ ਜੀ ਬਿਲਕੁਲ ਹਾਂਜੀ ਉਹੀ ਤਾਂ ਗੱਲ ਹੈਗੀ ਆ ਪਰ ਲੋਕਾਂ ਦੇ ਸਮਝਾਉਣ ਦੇ ਨਾਲੋਂ ਮੈਂ ਤਾਂ ਇਹ ਗੱਲ ਕਹਿੰਦੀ ਹਾਂ ਜੀ ਕਿ ਜੇ ਆਪਾਂ ਹੀ ਖੁਦ ਥੋੜ੍ਹਾ ਜਿਹਾ ਸੋਚ ਵਿਚਾਰ ਕੇ ਬੋਲੀਏ ਤਾਂ ਉਹ ਬੈਟਰ ਨਹੀਂ ਹੈਗਾ ਹੈ ਨਾ ਕਿਉਂਕਿ ਗੱਲ ਕਹਿਣ ਤੋਂ ਪਹਿਲਾਂ ਥੋੜ੍ਹਾ ਬਹੁਤਾ ਆਪਾਂ ਨੂੰ ਦਿਮਾਗ ਵੀ ਬੰਦੇ ਨੂੰ ਲਾ ਲੈਣਾ ਚਾਹੀਦਾ ਹੈਗਾ ਆ ਸੋ ਜਤਿੰਦਰ ਸਿੰਘ ਮੂਸੇ ਵਾਲਾ ਅਜੇ ਬੱਚਾ ਆ ਉਸਦਾ ਕੋਈ ਕਸੂਰ ਨਹੀਂ 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 ਉਹ ਵਧੀਆ ਨੇ ਪੜ੍ਹੇ ਲਿਖੇ ਨੇ ਵਧੀਆ ਜੇ ਕਹਿੰਦੇ ਹੁੰਦੇ ਆ ਕਿ ਉਹਨਾਂ ਨੂੰ ਇੰਨੇ ਲੋਕ ਸੁਣਦੇ ਨੇ ਤਾਂ ਉਹ ਵਧੀਆ ਸੇਧ ਦੇ ਸਕਦੇ ਆ ਵਧੀਆ ਤਰੀਕੇ ਦੇ ਨਾਲ ਰਹਿ ਸਕਦੇ ਆ ਪਰ ਇੱਕ ਨਾ ਕਈ ਵਾਰੀ ਬੰਦੇ ਨੂੰ ਐਂ ਹੁੰਦਾ ਆ ਕਿ ਮੈਂ ਥੋੜ੍ਹਾ ਜਿਹਾ ਉਹ ਚੀਜ਼ ਕਿ ਉਹ ਕਰਨਾ ਵੀ ਮੈਂ ਥੋੜ੍ਹਾ ਜਿਹਾ ਇਸ ਟਾਈਪ ਜਿਹਦਾ ਹੈਗਾ ਆ ਹੈ ਨਾ ਅਤੇ ਚਲੋ ਠੀਕ ਆ ਹੁਣ ਬਹੁਤ ਹੋ ਗਿਆ ਹੈ ਨਾ ਅਤੇ ਥੋੜ੍ਹਾ ਜਿਹਾ ਬੰਦੇ ਨੂੰ ਸੋਚਣਾ ਚਾਹੀਦਾ ਆ ਠੀਕ ਆ ਅਤੇ ਮੇਰੀ ਸਪੋਰਟ ਜਿਹੜੀ ਹੈਗੀ ਆ ਸਵਰਨ ਸਿੰਘ ਟਹਿਣਾ ਜੀ ਨੂੰ ਆ ਅਤੇ ਤੁਹਾਨੂੰ ਵੀ ਜੇ ਚੰਗਾ ਲੱਗਿਆ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਵੀ ਮਨਦੀਪ ਸਰਾਓ ਹੈ ਨਾ ਕਹਿਣ ਦੀ ਮੇਰੀ ਥੋੜ੍ਹੀ ਜਿਹੀ ਆਦਤ ਹੈਗੀ ਆ ਅਤੇ ਮੈਂ ਕਈ ਵਾਰੀ ਟਰਾਈ ਵੀ ਕਰਦੀ ਹੁੰਦੀ ਵੀ ਘੱਟ ਬੋਲਾਂ ਪਰ ਕਹਿ ਹੁੰਦਾ ਆ ਕਿਹਾ ਜਾਂਦਾ ਆ ਅਤੇ ਬਾਕੀ ਤੁਸੀਂ ਵੀ ਕੋਸ਼ਿਸ਼ ਕਰਿਓ ਹੈ ਨਾ ਜੋ ਸੱਚ ਆ ਉਹਦਾ ਸਾਥ ਦੇਣ ਦੀ ਇਹ ਨਹੀਂ ਕਿ ਆਪਾਂ ਹੱਥ ਹੁੱਥ ਕਰਕੇ ਉਹਦੇ ਪਿੱਛੇ ਲੱਗ ਗਏ ਅਤੇ ਉਹਦੇ ਪਿੱਛੇ ਲੱਗ ਗਏ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟੀ ਹਾਂ ਕਿ ਕੁਛ ਵੀ ਕਿਸੇ ਦੇ ਬਾਰੇ 'ਚ ਗਲਤ ਬੋਲਣ ਤੋਂ ਪਹਿਲਾਂ ਅਗਲੇ ਦੇ ਬਾਰੇ 'ਚ ਸੁਣੋ ਉਹਦੇ ਬਾਰੇ ਸੋਚੋ ਫਿਰ ਗੱਲ ਨੂੰ ਕਰੋ ਹੈ ਨਾ ਅਤੇ ਬਸ ਇਹੀ ਆ ਜੀ ਜੇ ਕੁਛ ਵੱਧ ਘੱਟ ਫਿਰ ਪਹਿਲੀਆਂ ਵੀਡੀਓਜ਼ ਦੇ ਵਾਂਗੂ ਜਿੱਦਾਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਜੇ ਕੁਛ ਵੱਧ ਘੱਟ ਗਿਆ ਕਿਹਾ ਗਿਆ ਹੋਵੇ ਤਾਂ ਉਹਦੇ ਲਈ ਮਾਫ਼ੀ ਵੀ ਚਾਹਵਾਂਗੇ ਕਿਉਂਕਿ ਐਡੇ ਆਪਾਂ ਮਹਾਂਗਿਆਨੀ ਨਹੀਂ ਹੈਗੇ ਕਿ ਆਪਾਂ ਸਾਰੀਆਂ ਗੱਲਾਂ ਸਹੀ ਕਹਿੰਦੇ ਹੋਈਏ ਜਾਂ ਜੋ ਮੈਂ ਸੋਚ ਰਹੀ ਹਾਂ ਉਹ ਵਧੀਆ ਸੱਚ ਵਧੀਆ ਹੀ ਹੋਵੇ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਆ ਕਿ ਇਹ ਚੀਜ਼ ਕਹਿਣ ਦੇ ਵਿੱਚ ਮੈਂ ਇਹ ਨਹੀਂ ਕਹੂੰਗੀ ਕਿ ਮੈਂ ਜਾਂ ਮੈਂ ਗਲਤ ਕਹਿ ਰਹੀ ਹਾਂ ਜਾਂ ਮੈਨੂੰ ਹਲੇ ਪਤਾ ਨਹੀਂ ਜਾਂ ਮੈਂ ਡਬਲ ਮਾਈਂਡਡ ਹੈਗੀ ਹਾਂ ਸਵਰਨ ਸਿੰਘ ਟਹਿਣਾ ਜੀ ਗ੍ਰੇਟ ਪਰਸਨ ਨੇ ਅਤੇ ਹਮੇਸ਼ਾ ਸੱਚ ਦੇ ਲਈ ਬੋਲਦੇ ਨੇ ਅਤੇ ਸੱਚ ਲਈ ਆਵਾਜ਼ ਚੱਕ ਜਿਹੜਾ ਇਨਸਾਨ ਚੱਕਦਾ ਆ ਅਤੇ ਸਾਨੂੰ ਉਹਨੂੰ ਦਬਾਉਣਾ ਨਹੀਂ ਚਾਹੀਦਾ ਉਹਦਾ ਸਾਥ ਦੇਣਾ ਚਾਹੀਦਾ ਆ ਤਾਂ ਕਿ ਅੱਗੇ ਵੀ ਕੋਈ ਜੇ ਆਪਾਂ ਇੱਕ ਬੰਦੇ ਨੂੰ ਦਬਾ ਰਹੇ ਹਾਂ ਨਾ ਤਾਂ ਹੋਰ ਚੰਗੇ ਕੰਮ ਕਰਨ ਵਾਲੇ ਚੰਗੇ ਕਾਰਜ ਕਰਨ ਵਾਲੇ ਪਤਾ ਨਹੀਂ ਕਿੰਨੇ ਦੱਬ ਜਾਣਗੇ ਹੈ ਨਾ ਅਤੇ ਉਹਦੇ ਕਰਕੇ ਫਿਰ ਆਪਾਂ ਨੂੰ ਜਿਹੜਾ ਕੋਈ ਚੰਗਾ ਇਨਸਾਨ ਹੈਗਾ ਆ ਉਹਦਾ ਇਹ ਜ਼ਰੂਰੀ ਨਹੀਂ ਕਿ ਅੱਜ ਚਲੋ ਟਹਿਣਾ ਸਾਹਿਬ ਦੀ ਗੱਲ ਹੋ ਰਹੀ ਆ ਤਾਂ ਕਰਕੇ ਜੇ ਕਿਸੇ ਬਾਰੇ ਵੀ ਗੱਲ ਹੁੰਦੀ ਆ ਤੁਹਾਡੇ ਪਿੰਡ ਦੇ ਵਿੱਚ ਵੀ ਤੁਹਾਡੇ ਆਸੇ ਪਾਸੇ ਵੀ ਜੇ ਕੋਈ ਦਬਾਉਂਦਾ ਆ ਕਿਸੇ ਨੂੰ ਅਤੇ ਜੇ ਉਹ ਬੰਦਾ ਸਹੀ ਹੈਗਾ ਆ ਤਾਂ ਉਹਦਾ ਸਾਥ ਦਿਓ ਇਹ ਨਹੀਂ ਹੈਗਾ ਕਿ ਪਾਸੇ ਖੜ ਕੇ ਤਮਾਸ਼ਾ ਦੇਖੋ ਜਾਂ ਇਹ ਕਹੀ ਜਾਓ ਕਿ ਠੀਕ ਆ ਜੀ ਠੀਕ ਆ ਇਹ ਵਧੀਆ ਹੋ ਗਿਆ ਜਸ ਕਿਉਂਕਿ ਜੇ 10 ਲੋਕ ਆਪਣੇ 'ਤੇ ਖੁਸ਼ ਹੋਣ ਵਾਲੇ ਨੇ ਤਾਂ 20 ਆਪਣੇ 'ਤੇ ਇਹ ਕਹਿਣ ਵਾਲੇ ਨੇ ਕਿ ਚੰਗਾ ਹੋਇਆ ਇਹ ਹੈ ਹੀ ਇੱਦਾਂ ਦਾ ਸੀਗਾ ਇਹਦੇ ਨਾਲ ਐਂ ਹੋਣੀ ਚਾਹੀਦੀ ਸੀਗੀ ਹੈ ਨਾ ਪਰ ਉਹ ਜਿਹੜਾ ਟਾਈਮ ਜਿਹੜਾ ਆ ਨਾ ਸਮਾਂ ਜਿਹੜਾ ਬੜਾ ਬਲਵਾਨ ਆ ਅਤੇ ਆਪਾਂ ਨੂੰ ਚੰਗੇ ਪਾਸੇ ਚੰਗੀਆਂ ਚੀਜ਼ਾਂ ਦਾ ਚੰਗਾ ਚੰਗੇ ਕੰਮ ਕਰਨ ਵਾਲਿਆਂ ਦਾ ਸਾਥ ਦੇਣਾ ਚਾਹੀਦਾ ਆ ਹੈ ਨਾ ਅੱਜ ਤੱਕ ਹਮੇਸ਼ਾ ਉਹ ਪੰਜਾਬੀ ਮਾਂ ਬੋਲੀ ਨੂੰ ਹੀ ਟਹਿਣਾ ਸਾਹਿਬ ਨੇ ਪ੍ਰਮੋਟ ਕੀਤਾ ਆ ਅਤੇ ਉਹਨਾਂ ਦੇ ਪ੍ਰੋਗਰਾਮ ਬੜੇ ਇਹ ਆਪਾਂ ਪਰਿਵਾਰ 'ਚ ਬੈਠ ਕੇ ਸੁਣ ਸਕਦੇ ਹਾਂ ਦੇਖ ਸਕਦੇ ਹਾਂ ਕੋਈ ਇਹ ਨਹੀਂ ਮਸਲਾ ਹੈਗਾ ਕਿ ਜਾਂ ਉੱਥੋਂ ਸਾਨੂੰ ਇੱਕ ਚੀਜ਼ ਤੁਸੀਂ ਹੋਰ ਦੇਖਿਓ ਕਿ ਹਰ ਇੱਕ ਪ੍ਰੋਗਰਾਮ 'ਚ ਸਾਨੂੰ ਕੁਛ ਨਾ ਕੁਛ ਚੰਗਾ ਹੀ ਮਿਲਦਾ ਆ ਉਹਨਾਂ ਦੀਆਂ ਗੱਲਾਂ ਬਾਤਾਂ ਦੇ ਵਿੱਚੋਂ ਹੈ ਨਾ ਬੜੇ ਸਾਰੇ ਰਾਈਟਰ ਜਿਹੜੇ ਜਿਨ੍ਹਾਂ ਤੋਂ ਕਾਫੀ ਸਾਰੀਆਂ ਵੀਡੀਓਜ਼ ਆਪਾਂ ਦੇਖਦੇ ਹਾਂ ਜਿਨ੍ਹਾਂ ਤੋਂ ਬੜੇ ਸਾਰੇ ਸਿੰਗਰਾਂ ਨੇ ਗਾਣੇ ਲੈ ਲਏ ਪੈਸੇ ਨਹੀਂ ਦਿੱਤੇ ਵਿਚਾਰਿਆਂ ਨੂੰ ਉਹ ਵਿਚਾਰੇ ਦੱਬੇ ਕੁਚਲੇ ਰਹਿ ਗਏ ਉਹਨਾਂ ਨੂੰ ਉਹ ਅੱਗੇ ਲੈ ਕੇ ਆਉਂਦੇ ਜਾਂ ਹੋਰ ਕੋਈ ਵੀ ਕਿਸੇ ਦੇ ਕੋਈ ਪਰਿਵਾਰਕ ਜਾਂ ਕੋਈ ਗੱਲਬਾਤ ਹੋਵੇ ਜਾਂ ਜਿਵੇਂ ਹੁਣ ਪਿੱਛੇ ਜੇ ਕੁੜੀਆਂ
ਗਈਆਂ ਸੀਗੀਆਂ ਬਾਹਰ ਤੇ ਉਹਨਾਂ ਦੀਆਂ ਵੀਡੀਓਜ਼ ਦੇਖ ਕੇ ਉਹ ਮਤਲਬ ਕਿ ਹੋਰਾਂ ਲੋਕਾਂ ਨੂੰ ਅਵੇਅਰ ਕਰਦੇ ਨੇ ਉਹਨਾਂ ਚੀਜ਼ਾਂ ਨੂੰ ਅੱਗੇ ਲਿਆ ਕੇ, ਤਾਂ ਕਿ ਜਿਹੜੇ ਹੋਰ ਲੋਕ ਮਤਲਬ ਆਪਣੇ ਬੱਚਿਆਂ ਨੂੰ ਆਪਣੀਆਂ ਬੇਟੀਆਂ ਨੂੰ ਬਾਹਰ ਭੇਜ ਰਹੇ ਨੇ, ਜਿੱਦਾਂ ਦੁਬਈ ਹੋ ਗਿਆ, ਸਿੰਗਾਪੁਰ, ਮਲੇਸ਼ੀਆ, ਸ਼ਾਇਦ ਉਹ ਭੈਣ ਜੀ ਇੱਕ ਉੱਥੋਂ ਹੀ ਆਏ ਸੀਗੇ, ਉਹਨਾਂ ਦੇ ਹਸਬੈਂਡ ਵੀ ਨਾਲ ਸੀਗੇ, ਸ਼ਾਇਦ ਕਾਫੀ ਜਾਣਿਆਂ ਨੇ ਉਹਨਾਂ ਦਾ ਉਹ ਪ੍ਰੋਗਰਾਮ ਦੇਖਿਆ ਵੀ ਹੋਏਗਾ। ਸੋ ਉਹ ਚੀਜ਼ ਮਤਲਬ ਉਹ ਜਿਹੜੇ ਲੇਡੀਜ਼ ਉੱਥੋਂ ਆਏ ਸੀਗੇ, ਭੈਣ ਜੀ ਆਏ ਸੀਗੇ ਜਿਹੜੇ ਦੱਸ ਰਹੇ ਸੀਗੇ, ਤੇ ਉਹ ਇੱਕ ਅਵੇਅਰ ਕਰਨ ਵਾਲੀ ਚੀਜ਼ ਸੀਗੀ ਲੋਕਾਂ ਨੂੰ ਕਿ ਲੋਕੀ ਅਵੇਅਰ ਰਹਿਣ ਉਸ ਚੀਜ਼ ਤੋਂ, ਹਨਾ, ਤੇ ਉਹਨਾਂ ਚੀਜ਼ਾਂ ਨੂੰ ਸਾਨੂੰ ਪ੍ਰਮੋਟ ਕਰਨਾ ਚਾਹੀਦਾ ਆ, ਹਨਾ। ਲੋਕ ਆਪਣੇ ਪਿਓ ਨੂੰ ਬੁੜਾ ਕਹਿੰਦੇ ਆ ਤੇ ਮੂਸੇ ਵਾਲੇ ਨੂੰ ਉਸਤਾਦ ਕਹਿੰਦੇ ਆ। ਇਹ ਤਾਂ ਮੈਂ ਵੀਰੇ ਪਹਿਲਾਂ ਹੀ ਕਹਿ ਕੇ ਹੱਟੀ ਆ ਕਿ ਜੋ ਦੇਖ ਕੇ ਕਿਸੇ ਚੀਜ਼ ਦੇ ਮਗਰ ਨਾ ਲੱਗੋ, ਆਪਣੇ ਪੇਰੈਂਟਸ ਦੀ ਰਿਸਪੈਕਟ ਕਰੋ, ਤੇ ਜਿਹੜੇ ਆਪਣੇ ਤੋਂ ਵੱਡੇ ਵੀ ਨੇ ਉਹਨਾਂ ਦਾ ਸਤਿਕਾਰ ਕਰੋ, ਚਾਹੇ ਉਹ ਕਿਸੇ ਦੇ ਭੈਣ ਭਰਾ ਨੇ ਜਾਂ ਉਹ ਕਿਸੇ ਦੇ ਮਾਂ ਪਿਓ ਨੇ, ਹਨਾ, ਸਭ ਦਾ ਸਤਿਕਾਰ ਕਰੋ, ਇਹੀ ਕਹਿਣਾ ਚਾਹੂੰਗੀ ਮੈਂ, ਹਨਾ। ਮੈਂ ਪਹਿਲਾਂ ਵੀ ਦੱਸਿਆ ਆ ਕਿ ਕਿਸੇ ਦੇ ਪਿੱਛੇ ਕੋਈ ਨਹੀਂ ਲੱਗਦਾ, ਪਰ ਆਪਾਂ ਬੜੀਆਂ ਸਾਰੀਆਂ ਚੀਜ਼ਾਂ ਜਾਂ ਆਪਾਂ ਆਪਣੇ ਘਰ 'ਚੋਂ ਨਹੀਂ ਸਿੱਖਦੇ ਹੁੰਦੇ ਹੈਗੇ, ਆਪਾਂ ਆਸੇ ਪਾਸਿਓ ਵੀ ਬੰਦਾ ਸਿੱਖਦਾ ਆ, ਲਰਨ ਕਰਦਾ, ਹਰ ਇੱਕ ਜਗ੍ਹਾ ਤੋਂ ਆਪਾਂ ਕੁਛ ਨਾ ਕੁਛ ਸਿੱਖਦੇ ਹਾਂ। ਗੱਲ ਇਹ ਹੈਗੀ ਆ ਕਿ ਜੇ ਕੁਛ ਚੰਗਾ ਲੱਗਿਆ ਆ ਤਾਂ ਉਹਨੂੰ ਆਪਣੇ ਕੋਲ ਰੱਖ ਲਓ, ਜੇ ਕੁਛ ਬੁਰਾ ਲੱਗਿਆ ਆ ਤਾਂ ਉਹਨੂੰ ਉੱਥੇ ਹੀ ਭੁੱਲ ਜਾਓ, ਕਿ ਕਹਿ ਦਿਓ ਕਿ ਅਸੀਂ ਇਹ ਚੀਜ਼ ਸੁਣੀ ਨਹੀਂ ਜਾਂ ਅਸੀਂ ਇਹ ਚੀਜ਼ ਦੇਖੀ ਨਹੀਂ ਹੈਗੀ, ਹੈ ਨਾ, ਤਾਂ ਸਾਰਾ ਕੁਛ ਹੀ ਹੋ ਜਾਂਦਾ ਆ, ਕਿਉਂਕਿ ਤੁਸੀਂ ਆਉਣ ਵਾਲਾ ਟਾਈਮ ਉਹ ਜਿਹੜਾ ਯੂਥ ਆ, ਤੁਸੀਂ ਆਉਣ ਵਾਲਾ ਫਿਊਚਰ ਆ, ਹੈ ਨਾ। ਚਲੋ ਜਿਹੜੇ ਆਪਣੇ ਪੇਰੈਂਟਸ ਸੀਗੇ ਉਹਨਾਂ ਦਾ ਤਾਂ ਚਲੋ ਟਾਈਮ, ਉਹ ਤਾਂ ਵਿਚਾਰੇ ਹੁਣ ਲੰਘ ਗਿਆ ਟਾਈਮ ਉਹਨਾਂ ਦਾ ਤਾਂ, ਚਲੋ ਠੀਕ ਆ, ਪਰ ਹੁਣ ਅੱਗੇ ਕੀ ਕਰਨਾ ਹੈਗਾ ਉਹ ਤਾਂ ਤੁਹਾਨੂੰ ਪਤਾ ਆ ਨਾ। ਜਿਹੜਾ ਯੂਥ ਆ ਤੁਹਾਨੂੰ ਵੀ ਸਾਰਿਆਂ ਨੂੰ ਰਿਕੁਐਸਟ ਆ ਵੀ ਸੱਚ ਦਾ ਸਾਥ ਦਿਆ ਕਰੋ, ਐਵੇਂ ਬਸ ਹੁੱਲੀ ਪੁੱਲੀ ਦੇ ਪਿੱਛੇ ਨਾ ਲੱਗ ਜਾਇਆ ਕਰੋ, ਠੀਕ ਹੈ ਜੀ। ਅਤੇ ਬਸ ਅੱਜ ਦੇ ਲਈ ਇੰਨਾ ਹੀ, ਜੇ ਕੁਛ ਗਲਤ ਕਿਹਾ ਗਿਆ ਹੋਵੇ ਤਾਂ ਉਹਦੇ ਲਈ ਮਾਫ਼ੀ ਵੀ ਚਾਹਵਾਂਗੇ, ਹੈ ਨਾ। ਅਤੇ ਪਰ ਮੈਨੂੰ ਲੱਗਦਾ ਨਹੀਂ ਵੀ ਮੈਂ ਕੁਛ ਗਲਤ ਕਿਹਾ ਹੈਗਾ ਆ, ਬਾਕੀ ਤੁਸੀਂ ਸਾਰੇ ਸਿਆਣੇ ਹੋ, ਸਮਝਦਾਰ ਹੋ, ਹੈ ਨਾ, ਫੈਸਲਾ ਤੁਹਾਡੇ ਹੱਥ ਆ। ਮੈਂ ਤਾਂ ਪਹਿਲਾਂ ਕਿਹਾ ਕਿ ਹੱਡੀਆਂ ਕਿ ਤੁਸੀਂ ਹੀ ਜੋ ਕਰਨਾ ਆ ਕਰਨਾ ਆ। ਗੁਰਪ੍ਰੀਤ ਮਾਨ, ਵੈਰੀ ਨਾਈਸ ਯੂਅਰ ਥਿੰਕਿੰਗ, ਆਈ ਐਗਰੀ ਵਿਦ ਯੂ, ਥੈਂਕ ਯੂ ਸੋ ਮਚ ਜੀ। ਠੀਕ ਹੈ ਜੀ, ਥੋੜ੍ਹੀ ਜਿਹੀ ਨੈਟਵਰਕ ਦੀ ਪ੍ਰੋਬਲਮ ਵੀ ਹੈਗੀ ਆ, ਅਤੇ ਹੁਣ ਮੈਂ ਦੇਖੂੰਗੀ ਫਿਰ ਕੀ ਹਿਸਾਬ ਕਿਤਾਬ ਜਿਹਾ ਆਉਂਦਾ ਆ ਹਿਸਾਬ ਜਿਹਦੇ ਵਿੱਚ, ਅਤੇ ਫਿਰ ਆਪਾਂ ਦੁਬਾਰਾ ਲਾਈਵ ਹੋਵਾਂਗੇ ਇੱਕ ਵਾਰੀ।